ਸਹਾਈ ਵਾ ਸ੍ਰੀ ਭਗਵਤੀ ਕਿਰਪਾ ਸ਼ਹੀਦ ਸਵੇ ਪ੍ਰਤ ਭਗਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਜੇ ਫਿਰ ਅੰਗਦ ਗੁਰੂ ਸਿਮਰ ਦਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਈ ਵਾ ਸ੍ਰੀ ਭਗਵਤੀ ਕਿਰਪਾ ਸ਼ਹੀਦ ਸਵੇ ਪ੍ਰਤ ਭਗਤੀ ਸਿਮਰ ਕਾ ਗੁਰੂ ਨਾਨਕ ਲਈ ਧਿਆਜੇ ਫਿਰ ਅੰਗਦ ਗੁਰੂ ਸਿਮਰ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ
ਸਾਧ ਦਾ ਪੜਾ ਹੁੰਦਾ ਹੋਇਆ ਕੱਲ ਸ਼ਾਮ ਨੂੰ ਖਾਲਸਾ ਜੀ ਦੇ ਪ੍ਰਗਟ ਸਥਾਨ ਤਪਸੀਲ ਕੇਸ ਦੇ ਸਿਰ ਤੇ ਪਹੁੰਚਾ। ਨਗਰ ਨਿਵਾਸੀ ਸੰਸਥਾ ਨੇ, ਲੱਖਾਂ ਨਿਵਾਸੀ ਸੰਸਥਾ ਨੇ ਬਹੁਤ ਦੇ ਨਾਲ ਖਾਲਸਾ ਫਤਿਹ ਮਾਰਗ ਗੁਰਦੁਆਇਆ ਗਿਆ। ਰਾਤ ਨੂੰ ਇੱਕ ਸ਼ਰਾਮ ਤੋਂ ਬਾਅਦ ਖਾਲਸਾ ਫਤਿਹ ਮਾਰਗ ਤੋਂ ਅਰਦਾਸ ਕਰਨ ਉਪਰੰਤ ਪੰਜ ਪਿਆਰੇ ਸਾਹਿਬਾਨ ਗੁਰਦੁਆਇਆ ਵਿੱਚ ਸਤਿਗੁਰੂ ਸਾਹਿਬ ਦਿਖਾਇਆ ਕਿ ਅਗਲੇ ਪੜਾਅ ਵਾਸਤੇ ਰਵਾਨਾ ਹੋਇਆ। ਜਿਹਨੇ ਪੜਾਅ ਦਰ ਪੜਾਅ ਪਹੁੰਚ ਕੇ 4 ਮਈ ਨੂੰ ਸ੍ਰੀ ਅੰਮ੍ਰਿਤਸਰ ਸਾਹਿਬ ਸੰਗੂਰ ਸਖਣ ਰਹੀ ਹੈ ਔਰ 5 ਮਈ ਨੂੰ 300 ਸਾਲ ਦਾ ਜਨਮ ਤਿਉਹਾਰਾ ਜਿਹੜਾ ਹੈ ਉਹ ਮਨਾਇਆ ਜਾਣਾ ਹੈ। ਸਾਡਾ ਸਭ ਤੋਂ ਫਰਜ਼ ਬਣਦਾ ਹੈ ਕਿ ਉਸ ਮਹਾਨ ਕਰਨਾ ਕਰਨਾ ਸ਼ਰਧਾ ਔਰ ਸਤਿਕਾਰ ਵਿੱਚ ਕਰੀਏ ਔਰ ਜਿੰਨੇ ਵੀ ਸਮਾਗਮ ਇਸ ਸਬੰਧ ਵਿੱਚ ਕਰਾਏ ਜਾਣ ਸਾਰੇ ਸਮਾਗਮ ਉਸ ਮਹਾਨ ਜਰਨੈਲ ਜਿਹੜੇ ਸਮਾਗਮ ਵਿੱਚ ਨੱਥ ਹਾਜ਼ਰ ਕਰਕੇ ਆਪਣੇ ਸਮੁੱਚੀਆਂ ਸੰਗਤਾਂ ਨੂੰ ਸਰਦਾਰ ਜੱਸਾ ਸਿੰਘ ਜੀ ਰਾਮਗੜੀ ਆ ਜਿਹਨਾਂ ਦੇ 300 ਸਾਲਾਂ ਜਨਮ ਦਿਹਾੜੇ ਦੀਆਂ ਬਹੁਤ ਬਹੁਤ ਸਿੱਖ ਪੰਥ ਦੇ ਮਹਾਨ ਜਰਨੈਲ ਸਾਹਿਬ ਜੱਸਾ ਸਿੰਘ ਰਾਮਗੜੀ ਦੀ 3ਵੀਂ ਜਨਮ ਸ਼ਤਾਬਦੀ ਨੂੰ ਸਮਰਪਿਤ ਜਿਹੜਾ ਫਤਿਹ ਮਾਰਗ ਦਿੱਲੀ ਤੋਂ ਚੱਲਿਆ ਸੀ ਰਾਤ ਵਿਸ਼ਰਾਮ ਕੀਤਾ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਦੀ ਮਹਾਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਅਤੇ ਹੁਣ ਅਰਦਾਸ ਕਰਕੇ 5 ਪਿਆਰਿਆਂ ਦੀ ਅਗਵਾਈ ਹੇਠ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਹੇਠ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਦੇ ਵਿੱਚ ਨਾਰਿਆਂ ਦੀ ਗੂੰਜ ਦੇ ਵਿੱਚ ਬੜੇ ਸ਼ਰਧਾ ਅਤੇ ਸਤਿਕਾਰ ਨਾਲ ਭਾਰੀ ਗਿਣਤੀ ਦੇ ਵਿੱਚ ਅਗਲੇ ਪੜਾਅ 'ਤੇ ਰਵਾਨਾ ਕੀਤਾ ਔਰ ਮੈਂ ਸਮਝਦਾ ਕਿ ਉਸ ਮਹਾਨ ਜਰਨੈਲ ਦੀ ਯਾਦ ਨੂੰ ਉਸ ਮਹਾਨ ਜਰਨੈਲ ਦੀ ਜਿਹੜੀ ਢਾਲਣਾ ਹੈ ਇਸ ਦੇਸ਼ ਲਈ ਖਾਸ ਤੌਰ 'ਤੇ ਸਿੱਖ ਕੌਮ ਲਈ ਉਹਦਾ ਹਮੇਸ਼ਾ ਸਾਨੂੰ ਮਾਣ ਰਹੂਗਾ ਹਮੇਸ਼ਾ ਗੌਰਵ ਰਹੇਗਾ। ਅੱਜ ਉਹਨਾਂ ਦੀ 3ਵੀਂ ਜਨਮ ਸ਼ਤਾਬਦੀ 'ਤੇ ਮੈਂ ਸਮਝਦਾ ਕੌਮ ਵਿੱਚ ਜਜ਼ਬਾ ਉਤਸ਼ਾਹ ਭਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਿਹੜਾ ਇਹ ਫਤਿਹ ਮਾਰਗ ਦੇ ਯੋਗ ਕੀਤਾ ਇਹ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਵੀ ਆ ਮਾਣ ਦੀ ਗੱਲ ਵੀ ਆ।